This is Brand Max Network India and you are watching News India Now. शहर में पुलिस मुलाजमों की पत्रकार फोटोग्राफर के साथ धक्काशाही का मामला DPRO कार्यालय समक्ष एक पुलिस मुलाजम ने पत्रकार फोटोग्राफर मनीष के साथ बदसलूकी की, जिस पर पेमा प्रधान डॉक्टर सुरेंद्र पॉल की अगुवाई में मीडिया कर्मियों ने गुरु नानक मिशन चौक का घेराव कर दिया। मौके पर पहुंचे DCP गुरमीत सिंह ने बदसलूकी करने वाले सब इंस्पेक्टर लखविंदर सिंह, सिपाही इकबाल व एक अन्य को सस्पेंड कर दिया और शिकायत दर्ज करने पश्चात FIR दर्ज करने का आश्वासन भी दिया। सुनवाई ना होने पर सभी पत्रकारों ने मिशन चौक का घेराव कर लिया। ਬੋਲ ਖਿਲਾਫ ਹੈ, ਬੈਰੀਕੇਡ ਨਹੀਂ ਲੱਗਣੇ ਚਾਹੀਦੇ। ਅਪਰਾਧੀ ਤੁਹਾਡੇ ਕੋਲ ਫੜੇ ਨਹੀਂ ਜਾਂਦੇ, ਆਮ ਜਨਤਾ ਨੂੰ ਪਰੇਸ਼ਾਨ ਕਰਦੇ, ਰੋਂਗ ਹੈਗਾ। ਲੱਗਣੇ ਚਾਹੀਦੇ ਅਪਰਾਧੀ ਤੁਹਾਡੇ ਕੋਲ ਫੜੇ ਨਹੀਂ ਜਾਂਦੇ, ਆਮ ਜਨਤਾ ਨੂੰ ਪਰੇਸ਼ਾਨ ਕਰਦੇ, ਰੋਂਗ ਹੈਗਾ। ਜਨਾਬ ਹੋਣੀ ਤੁਹਾਡੇ ਕੋਲ ਮੁਲਾਜ਼ਮ ਸਰ ਸੀਟ ਬੈਲਟ ਲਾ ਕੇ ਨਹੀਂ ਗਏ ਸੀ, ਤੁਸੀਂ ਉਹਨਾਂ ਨੂੰ ਰੋਕਿਆ ਨਹੀਂ, ਤੁਹਾਡੇ ਸਾਹਮਣੇ ਉਹਨੇ ਗੱਡੀ ਭਜਾਈ ਆ, ਕੀ ਕਹਿਣਾ ਤੁਹਾਡਾ ਸਰ? ਤੁਹਾਡੇ ਮੁਲਾਜ਼ਮ ਨੇ ਨਹੀਂ ਸੀਟ ਬੈਲਟ ਲਾਈ, ਨੋਟਿਸ ਵਿੱਚ ਲਿਆ ਗਿਆ, ਜਿਸ 'ਤੇ ਇਮੀਡੀਏਟਲੀ ਜਿਹੜਾ ਹੈਗਾ ਜਿਹੜੇ ਸਾਡੇ ਮੁਲਾਜ਼ਮ ਹੈ ਜਿਨ੍ਹਾਂ ਦੇ ਖਿਲਾਫ ਦੋਸ਼ ਲੱਗੇ ਨੇ, ਉਹਨਾਂ ਦੇ ਖਿਲਾਫ ਜਿਹੜੀ ਸਸਪੈਂਡ ਕਰਕੇ ਉਹਨਾਂ ਨੂੰ ਜਿਹੜਾ ਪ੍ਰੋਸੀਜਿੰਗ ਹਾਜ਼ਰ ਕਰ ਦਿੱਤਾ ਗਿਆ। ਫਰਦਰ ਉਹਨਾਂ ਦਾ ਜੋ ਵੀ ਅਕੋਰਡਿੰਗ ਟੂ ਰੋਲ ਹੈ ਜਿਹੜਾ ਐਕਸ਼ਨ ਲਿੱਤਾ ਗਿਆ। ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਜੀ, ਆਪਣਾ ਇੱਕ ਇਕਬਾਲ ਸਿੰਘ ਨੇ ਜੀ ਅਤੇ ਇੱਕ ਜਤਿੰਦਰ ਸਿੰਘ।